ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜਸ ਸਟੂਡੀਓ ਦੇ ਵਿੱਚ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਹਾਂਜੀ ਸਸਤੀ ਗੱਲ ਦੋਸਤੋ ਮੈਂ ਜਸਪੀ ਸਿੰਘ ਲੈ ਕੇ ਆਇਆ ਹਾਂ ਸਭਿਆਚਾਰ ਚੈਨਲ ਤੇ ਗੱਲ ਕਰਾਂਗੇ ਅੱਜ ਆਪਾਂ ਵੀਡੀਓ ਦੇ ਵਿੱਚ ਰਸਮ ਰਿਵਾਜ ਦੀ ਸੌਂਦੇ ਮਹੀਨੇ ਦੇ ਵਿੱਚ ਇੱਕ ਰਸਮ ਹੁੰਦੀ ਆ ਗੁੱਡੀ ਫੁੱਕਣੀ ਤੇ ਉਹ ਗੁੱਡੀ ਫੁੱਕਣੀ ਰਸਮ ਕਿੱਦਾਂ ਬਗਾਈ ਜਾਂਦੀ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਹਦੀ ਤਿਆਰੀ ਕਿੱਦਾਂ ਕੀਤੀ ਜਾਂਦੀ ਆ ਕਿਉਂਕਿ ਅੱਜ ਦੀ ਜਨਰੇਸ਼ਨ ਨੂੰ ਤਾਂ ਇਸ ਬਾਰੇ ਸ਼ਾਇਦ ਨਹੀਂ ਪਤਾਗਾ ਤੇ ਨਾ ਹੀ ਇਹ ਰਸਮ ਨਿਭਾਈ ਜਾਂਦੀ ਆ ਤੇ ਆਪਾਂ ਫਿਰ ਵੀ ਇਹੀ ਇੱਕ ਲੋਪ ਹੋ ਚੁੱਕੀ ਰਸਮ ਐ ਤੇ ਇਹਦਾ ਮਤਲਬ ਕੀ ਐ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਗੁੱਡੀ ਫੁਕਣੀ ਮੀ ਪਵਾਉਣ ਲਈ ਕੁੜੀਆਂ ਵੱਲੋਂ ਕੱਪੜੇ ਦੀ ਬਣਾਈ ਗੁੱਡੀ ਨੂੰ ਪਿੰਡੋਂ ਬਾਹਰ ਲਿਜਾ ਕੇ ਫੁਕਣ ਨੂੰ ਗੁੱਡੀ ਫੁਕਣੀ ਕਹਿੰਦੇ ਹਨ ਪਹਿਲਾਂ ਸਮਿਆਂ ਵਿੱਚ ਮਨੁੱਖੀ ਸੋਝ ਘੱਟ ਸੀ ਤੇ ਅੰਦੇਸ਼ਵਾਸ ਅਗਿਆਨਤਾ ਜ਼ਿਆਦਾ ਸੀ ਉਸ ਸਮੇਂ ਪਾਉਣ ਪਾਣੀ ਅੱਗ ਧਰਤੀ ਪਹਾੜ ਚੰਦ ਸੂਰਜ ਤਾਰੇ ਰੁੱਖ ਗੱਲ ਕੀ ਹਰ ਜਾਨਦਾਰ ਤੇ ਬੇਜਾਨਦਾਰ ਵਸਤ ਜਿਸ ਤੋਂ ਮਨੁੱਖ ਨੂੰ ਲਾਭ ਜਾਂ ਫਾਇਦਾ ਹੁੰਦਾ ਸੀ ਜਾਂ ਜਿਸ ਤੋਂ ਮਨੁੱਖ ਨੂੰ ਡਰ ਭੈ ਹੁੰਦਾ ਸੀ ਤਾਂ ਉਹ ਸਾਰੇ ਦੇਵੀ ਦੇਵਤੇ ਸਨ ਇਸ ਲਈ ਇਹਨਾਂ ਦੇਵੀ ਦੇਵਤਿਆਂ ਤੋਂ ਵਰ ਪ੍ਰਾਪਤ ਕਰਨ ਲਈ ਖੁਸ਼ੀਆਂ ਪ੍ਰਾਪਤ ਕਰਨ ਲਈ ਜਾਂ ਇਹਨਾਂ ਦੇਵੀ ਦੇਵਤਿਆਂ ਤੋਂ ਕਰੋਪੀਆਂ ਤੋਂ ਬਚਣ ਲਈ ਪੂਜਾ ਕੀਤੀ ਜਾਂਦੀ ਸੀ ਇਸੇ ਲਈ ਗਰਮੀ ਦੀ ਰੁੱਤ ਵਿੱਚ ਜਦੋਂ ਅਸਮਾਨੋਂ ਅੱਗ ਵਰਦੀ ਸੀ, ਲੋ ਚੱਲਦੀ ਸੀ, ਕੜਕ ਦੀ ਤੁੱਪ ਪੈਂਦੀ ਸੀ ਪਰ ਮੀਂਹ ਨਹੀਂ ਪੈਂਦਾ ਸੀ ਤੇ ਇਸ ਨੂੰ ਇੰਦਰ ਦੇਵਤਾ ਦਾ ਕਰੋਪੀ ਮੰਨਿਆ ਜਾਂਦਾ ਸੀ। ਫਿਰ ਦੇਵਤੇ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਗੁੱਡੀ ਫੁੱਕਣ ਦੀ ਰਸਮ ਕੀਤੀ ਜਾਂਦੀ ਸੀ। ਲੀਰਾਂ ਦੀ ਗੁੱਡੀ ਬਣਾਈ ਜਾਂਦੀ ਸੀ, ਸੋਹਣੇ ਕੱਪੜੇ ਪਾਏ ਜਾਂਦੇ ਸਨ। ਸਾਰੇ ਪਿੰਡ ਵਿੱਚੋਂ ਆਟਾ ਤੇ ਗੁੜ ਕੱਚਾ ਕੀਤਾ ਜਾਂਦਾ ਸੀ। ਉਸ ਦੀਆਂ ਮਿੱਠੀਆਂ ਰੋਟੀਆਂ ਜਾਂ ਰੋਟ ਬਣਾਇਆ ਜਾਂਦਾ ਸੀ ਗੁੱਡੀ ਲਈ ਅਰਥੀ ਤਿਆਰ ਕੀਤੀ ਜਾਂਦੀ ਸੀਗੀ ਤੇ ਚਾਰ ਕੁੜੀਆਂ ਕਾਨੀ ਲਗਦੀਆਂ ਸਨ ਜਿੱਦਾਂ ਕਿ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿ ਵੀ ਪਿੰਡ ਕੁੜੀਆਂ ਬੁੜੀਆਂ ਇਕੱਠੀਆਂ ਹੋ ਕੇ ਇੱਕ ਅਰਥੀ ਤਿਆਰ ਕੀਤੀ ਜਾ ਰਹੀ ਆ ਤੇ ਬਾਕੀ ਦੀਆਂ ਕੁੜੀਆਂ ਅਰਥੀ ਦੇ ਮਗਰ ਤੁਰਦੀਆਂ ਸਨ ਪਿੰਡ ਤੋਂ ਬਾਹਰ ਸਾਂਜੀ ਥਾਂ ਉੱਪਰ ਅਰਥੀ ਨੂੰ ਫੁਕਿਆ ਜਾਂਦਾ ਸੀ ਤੇ ਬਕਾਇਦਾ ਪਿੱਟਿਆ ਜਾਂਦਾ ਸੀ ਸਿਆਪਾ ਕੀਤਾ ਜਾਂਦਾ ਸੀ ਤੇ ਨਾਲ ਨਾਲ ਵੈਣ ਵੀ ਪਾਏ ਜਾਂਦੇ ਸਨ ਗੁੱਡੀ ਫੁੱਕਣ ਤੋਂ ਪਿੱਛੋਂ ਮਠੀਆਂ ਰੋਟੀਆਂ ਰੋਟ ਵੰਡਿਆ ਜਾਂਦਾ ਸੀ ਕੈਰ ਦੀ ਗਰਮੀ ਤੋਂ ਬਾਅਦ ਕੁਦਰਤ ਦੇ ਨਿਯਮ ਅਨੁਸਾਰ بارش ਹੋ ਜਾਂਦੀ ਸੀ ਇਸ ਤਰ੍ਹਾਂ ਲੋਕਾਂ ਦਾ ਇਹ ਉਹਨਾਂ ਸਮਿਆਂ ਵਿੱਚ ਗੁੱਡੀ ਫੁੱਕਣ ਵਿਸ਼ਵ ਵਿੱਚ ਵਿਸ਼ਵਾਸ ਸੀ ਹੁਣ ਵਿਗਿਆਨ ਦਾ ਯੁੱਗ ਹੈ ਤੇ ਤਰਕਸ਼ੀਲਤਾ ਦਾ ਜ਼ਮਾਨਾ ਹੈ ਹੁਣ ਤਾਂ ਬਨੋਟੀ ਵਿਧੀ ਰਾਈ ਵੀ ਮੀਪਵਾ ਲਿਆ ਜਾਂਦਾ ਹੈ ਇਸ ਲਈ ਮੀਪਵਾਉਣ ਲਈ ਅੰਧਵਿਸ਼ਵਾਸ ਵਾਲੀ ਗੁੱਡੀ ਫੁਕਣ ਦੀ ਰਸਮ ਹੁਣ ਬਿਲਕੁਲ ਹੀ ਖਤਮ ਤੇ ਅਲੋਪ ਹੋ ਚੁੱਕੀ ਹੈ ਮੇਰੀ ਵੀਡੀਓ ਤੋਂ ਪਹਿਲਾਂ ਕਿਹਨੇ ਕਿਹਨੇ ਗੁੱਡੀ ਫੁਕਣ ਦੀ ਰਸਮ ਪੁਗਾਈ ਹੈ ਜਾਂ ਦੇਖੀ ਹੈ ਜਾਂ ਸੁਣੀ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹੁਣ ਇਹ ਰਸਮਾਂ ਬਿਲਕੁਲ ਅਲੋਪ ਹੁੰਦੀਆਂ ਜਾ ਰਹੀਆਂ ਜੋ ਕਿ ਪਿੰਡਾਂ ਦੇ ਵਿੱਚ ਇੱਕ ਪਹਿਲਾਂ ਦੇ ਟਾਈਮ ਦੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਇਸ ਰਫ ਨੂੰ ਜ਼ਰੂਰ ਪਗਾਉਂਦੀਆਂ ਸੀਗੇ ਰਬਾਰ ਉੱਤੇ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਜੋ ਲੋਪ ਹੋਈਆਂ ਰਸਮਾਂ ਉਹ ਉਸ ਨੂੰ ਵੀਡੀਓ ਦੇ ਰਾਹੀਂ ਤੇ ਅੱਜ ਦੇ ਟਾਈਮ ਦੇ ਤੇ ਅੱਜ ਦੀ ਜਨਰੇਸ਼ਨ ਨੂੰ ਦਿਖਾਇਆ ਜਾਵੇ ਤੇ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ